ਗੁਰੂ ਘਰ ਚ ਚੋਰਾਂ ਨੇ ਗੋਲਕ ਤੋੜ ਕੱਢਿਆ ਚੜਾਵਾ, 22,000 ਦੀ ਨਕਦੀ ਲੈ ਕੇ ਹੋ ਗਏ ਫਰਾਰ। ਜਾਂਦੇ ਜਾਂਦੇ ਚੋਰ LED ਵੀ ਲੈ ਗਏ ਨਾਲ। ਤਾਂ ਦੱਸਦੀ ਹੈ ਕਿ ਅੱਧੀ ਰਾਤ ਨੂੰ ਚੋਰ ਗੁਰੂ ਘਰ ਦੇ ਵਿੱਚ ਦਾਖਲ ਹੋ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦੇ ਨੇ। ਤਾਂ ਚੋਰਾਂ ਦੇ ਵੱਲੋਂ ਗੁਰਦੁਆਰਾ ਸਾਹਿਬ ਦੀ ਗੋਲਕ ਦੇ ਤਾਲੇ ਨੂੰ ਪਹਿਲਾਂ ਤੋੜਿਆ ਗਿਆ ਤੇ ਫਿਰ ਉਸਦੇ ਵਿੱਚ ਪਈ 22,000 ਦੀ ਰਾਸ਼ੀ ਨੂੰ ਕੱਢਿਆ ਗਿਆ। ਤਾਂ ਦਰਬਾਰ ਦੇ ਵਿੱਚ ਇੱਕ CCTV ਕੈਮਰਿਆਂ ਦੇ ਲਈ LED ਲੱਗੀ ਹੁੰਦੀ ਹੈ। ਤਾਂ ਚੋਰ ਇਹ ਵੀ ਆਪਣੇ ਨਾਲ ਲੈ ਜਾਂਦੇ ਨੇ ਤੇ ਫਿਰ ਫਰਾਰ ਹੋ ਜਾਂਦੇ ਨੇ। ਤਾਂ ਦੱਸਦੇ ਕਿ ਘਟਨਾ ਦੇ ਸਮੇਂ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਬਾਹਰ ਸੋ ਰਹੇ ਸੀ। ਤਾਂ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੇ ਦੱਸਿਆ ਕਿ ਘਟਨਾ ਤੋਂ ਪਹਿਲਾਂ ਸੜਕ ਸੁਰੱਖਿਆ ਫੋਰਸ ਦੇ ਜਵਾਨ ਕੁਝ ਸਮਾਂ ਪਹਿਲਾਂ ਹੀ ਉੱਠ ਕੇ ਗਏ ਸੀ ਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ 22,000 ਰੁਪਏ ਦੀ ਰਾਸ਼ੀ ਅਤੇ LED ਚੋਰੀ ਹੋਈ ਹੈ। ਤਾਂ ਦੱਸਦੀ ਹੈ ਕਿ ਮਾਮਲਾ ਤਰਨ ਤਾਰਨ ਸਾਹਿਬ ਤੋਂ ਸਾਹਮਣੇ ਆਇਆ, ਜਿੱਥੇ CCTV ਕੈਮਰੇ ਦੇ ਵਿੱਚ ਦੋਨੋਂ ਚੋਰ ਵਾਰਦਾਤ ਕਰਦੇ ਹੋਏ ਕੈਦ ਹੋਏ ਨੇ, ਜਿਸ ਦੇ ਵਿੱਚੋਂ ਇੱਕ ਦੇ ਹੱਥ ਦੇ ਵਿੱਚ ਲੋਹੇ ਦੀ ਰਾੜ ਹੁੰਦੀ ਹੈ, ਜਿਸ ਦੇ ਨਾਲ ਉਸਦੇ ਵੱਲੋਂ ਗੋਲਕ ਦੇ ਤਾਲੇ ਨੂੰ ਤੋੜਿਆ ਗਿਆ ਤੇ ਫਿਰ ਇੱਕ ਸਰੋਪੇ ਦੇ ਵਿੱਚ ਸਾਰੀ ਨਕਦੀ ਪਾ ਕੇ ਲੈ ਜਾਂਦੇ ਨੇ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਤਾਂ ਪੁਲਿਸ ਦੇ ਵੱਲੋਂ ਹੁਣ CCTV ਦੇ ਆਧਾਰ ਤੇ ਇਹਨਾਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਮੇਰਾ ਨਾਮ ਜਹਿਦਾਰ ਭੇਜ ਸਿੰਘ, ਸਾਬਕਾ ਸਰਪੰਚ ਪਿੰਡ ਕੱਲਾ, ਅਤੇ ਬਚਪਨ ਤੋਂ ਇੱਥੇ ਸੇਵਾ ਕਰਦੇ ਹਾਂ। 15-16 ਸਾਲਾਂ ਦੀ ਜੋ ਸੇਵਾ ਕਰਦੇ, 40-45 ਸਾਲ ਸੇਵਾ ਕਰਦੇ ਲੰਘੇ ਆ। ਸੇਵਾ ਕਰਦੇ ਹਾਂ ਜੋ ਧੰਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਨਾਲ, ਸਤਿਗੁਰੂ ਪਾਤਸ਼ਾਹ ਜੀ ਮਹਾਰਾਜ, ਸ਼ਹੀਦ ਭਾਈ ਮਤੀ ਦਾਸ ਪਾਤਸ਼ਾਹ ਜੀ, ਸਤੀ ਦਾਸ, ਭਾਈ ਦਿਆਲਾ ਜੀ, ਭਾਈ ਦਿਆਲਾ ਜੀ ਨਗਰ ਕੱਲਾ, ਉਹਨਾਂ ਦੇ ਮਾਤਾ ਦਾ ਅੰਗੀਠਾ ਪਿੰਡ ਕੱਲੇ ਦੇ ਵਿੱਚ ਹੈ। ਉਹ ਪਾਵਨ ਸਥਾਨ ਉਹਨਾਂ ਦੀ ਯਾਦ ਦੇ ਵਿੱਚ ਗੋਂਦਵਾਲ ਸਾਹਿਬ ਰੋਡ ਪੁਰਾਣਾ ਪੱਠਾ ਪਿੰਡ ਕੱਲਾ ਅਤੇ ਵਾਹਿਗੁਰੂ ਦੀ ਸੰਗਤ ਵੱਲੋਂ ਇਹ ਬਣਾਇਆ ਗਿਆ ਹੈ। ਕਾਰ ਸੇਵਾ ਚੱਲ ਰਹੀ ਹੈ। ਇਹ ਸੇਵਾ ਕਰਦਿਆਂ ਰਾਤ 10:30 ਇੱਥੇ ਬੈਠੇ ਲੰਗਰ ਪਾਣੀ ਛੰਗ ਛਕਾ ਕੇ ਗਏ ਅਤੇ 11 ਵਜੇ ਇੱਥੇ ਜਿਹੜੇ ਆ ਸੜਕ ਸੁੱਖਿਆ ਫਰੋਸ ਵਾਲੇ ਇੱਥੇ ਬੈਠੇ ਹਨ, ਉਹ ਵੀ ਇੱਥੇ ਬਹਿ ਕੇ ਗਏ। ਉਪਰੰਤ 12 ਵਜੇ ਦੇ ਏੜ ਗਏ, 1 ਵਜੇ ਦੇ ਰਾਤ ਜਿਹੜੇ ਅਮਲੀ ਲਟੇਰੇ ਆਏ, ਉਹ ਦੋ ਸਿੰਘ ਪਰੇ ਲੰਗਰ ਹਾਲ ਦੇ ਵਿੱਚ ਪਏ ਸਨ। ਉਹਨਾਂ ਨੇ ਰਾਡਾਂ ਦੇ ਨਾਲ ਦਰਬਾਰ ਸਾਹਿਬ ਦਾ ਜਿਹੜਾ ਜਿੰਦਰਾ ਪੁੱਟਿਆ, ਨਾਲ ਉਹਨਾਂ ਨੇ ਕੁੰਡੇ ਪੁੱਟੇ, ਅੰਦਰ ਵੜੇ ਅਤੇ ਅੰਦਰ ਵੜ ਕੇ ਉਹ ਰਾਡ ਦੇ ਨਾਲ ਜਿਹੜੇ ਗੋਲਕ ਦੇ ਜਿੰਦਰੇ ਸੀ ਉਹ ਵੀ ਉਹਨਾਂ ਤੋੜੇ। ਉਹਨਾਂ ਨੇ ਉਹ ਜਿੰਨੀ ਕਮਾਇਆ ਸੀ ਉਹਦੇ ਵਿੱਚ ਉਹ ਅੰਦਰ ਪਿਆ ਸੀ, ਸਰੂਪੇ ਪਏ, ਰਾਤ ਨੂੰ ਆਰਤੀ ਆਰਤੇ ਬੱਚੇ ਕਰਦੇ ਆ, ਸੋ ਸਰੂਪੇ ਅੰਦਰ ਪਏ, ਉਹਨਾਂ ਸਰੂਪਿਆਂ ਵਿੱਚ ਪੈਸੇ ਪਾ ਕੇ ਉਹ ਬੰਨ੍ਹ ਕੇ ਲੈ ਗਏ। LCD ਹੀ 40 ਇੰਚ ਦੀ ਵੱਡੀ ਲੱਗੀ ਸੀ ਜਿਹੜੀ ਕੈਮਰਾ ਵਾਲੀ ਸੀ, ਉਹ ਹੀ ਲੈ ਗਏ। ਅਤੇ ਇੱਥੇ ਪ੍ਰਸ਼ਾਸਨ ਬੜਾ ਸੋਹਣਾ ਸੁਚੱਜੇ ਢੰਗ ਦੇ ਨਾਲ ਸਾਰਾ ਹੀ ਕਾਰਵਾਰ ਕੀਤਾ ਹੈ। ਸਰਦਾਰ ਜੋ ਇੰਚਾਰਜ ਸਾਹਿਬ ਸਨ ਕੰਗਾਂ ਵਾਲੇ, ਉਹ ਸਾਰਾ ਸਟਾਫ ਇੱਥੇ ਪਹੁੰਚਿਆ, CID ਵਾਲੇ ਇੱਥੇ ਪਹੁੰਚੇ ਅੰਮ੍ਰਿਤਸਰ ਤੋਂ, ਇੱਥੇ ਸੜਕ ਸੁਰੱਖਿਆ ਫੋਰਸ ਜਿਹੜੇ ਨੌਜਵਾਨ ਹਨ ਉਹ ਵੀ ਇੱਥੇ ਪਹੁੰਚੇ, ਪੱਤਰਕਾਰ ਵੀ ਇੱਥੇ ਆਏ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ, ਸਾਰਿਆਂ ਨੂੰ ਇਸ ਚੀਜ਼ ਦਾ ਦੁੱਖ ਹੈ ਕਿ ਜਿਹੜਾ ਇਹ ਕਾਂਡ ਹੋਇਆ ਨਹੀਂ ਹੋਣਾ ਚਾਹੀਦਾ। ਚਾਹੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸੇਵ ਹਨ, ਉਹਨਾਂ ਨੂੰ ਕੋਈ ਆਂਚ ਨਹੀਂ ਆਈ, ਪਰ ਉਹਨਾਂ ਲਟੇਰਿਆਂ ਨੇ ਜਿਹੜੀ ਚੀਜ਼ ਦੀ ਲੋੜ ਸੀ ਮਾਇਆ ਲੈ ਗਏ, LCD ਲੈ ਗਏ, ਚਲੇ ਕੇ ਇੱਥੇ ਚਲੇ ਗਏ ਹਨ, ਉਹਨਾਂ ਦੀ ਭਾਲ ਕਰ ਰਹੇ ਹਨ। ਜਦੋਂ ਸਮਾਂ ਬਣਿਆ ਕਿਤੇ ਆ ਗਈ ਰੇਂਜ ਦੇ ਵਿੱਚ ਆ ਗਈ ਤੇ ਜ਼ਰੂਰ ਉਹਨਾਂ ਤੇ ਕਾਰਵਾਈ ਕੀਤੀ ਜਾਵੇਗੀ। ਪੈਸੇ ਹੱਥਾਂ 4 ਮਹੀਨੇ ਦੇ, ਪਤਾ 20,000 ਰੁਪਏ, 25,000 ਰੁਪਏ, ਕਿਹੜੇ ਕੋਲ ਪੈਸੇ ਗਿਣੇ ਹੁੰਦੇ ਆ, ਪੈਸੇ ਤੇ ਸੰਗਤ ਦੇ ਹੁੰਦੇ ਆ, ਖੋਲਦੇ 2-3 ਮਹੀਨੇ 4 ਮਹੀਨੇ ਹੁੰਦੇ ਆ,
ਇਹਦੀ ਵੇਖੋ ਇਹ ਸਰਕਾਰਾਂ ਦਾ ਬੜਾ ਵੱਡਾ ਰੋਲ ਹੈ, ਕਿਸੇ ਅਮਲੀ ਨੂੰ ਨਹੀਂ ਫੜਦੇ, ਕਿਸੇ ਲਟੇਰੇ ਨੂੰ ਨਹੀਂ ਫੜਦੇ, ਰਾਤ ਦਿਨ ਅੱਡਿਆਂ ਤੇ ਸੜਕਾਂ ਦੇ ਉੱਤੇ ਇਹਨਾਂ ਨੇ ਲੁੱਟਾਂ ਖੋਹਾਂ ਕਰਨ ਦਾ ਐਸਾ ਸਿਲਸਿਲਾ ਵਿੱਢਿਆ ਵਾ। ਭਾਵੇਂ ਕੋਈ ਬੰਦਾ ਮਰ ਜਾਵੇ ਚਾਹੇ ਰਹਿ ਜਾਵੇ, ਪਰਸ ਖੋਹਣੋਂ ਇਹ ਨਹੀਂ ਹਟਦੇ, ਜੋ ਵਾਲੀਆਂ ਚੈਨੀਆਂ ਖੋਹਣੋਂ ਇਹ ਨਹੀਂ ਹਟਦੇ। ਇਹ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਸਖਤੀ ਦੇ ਨਾਲ ਇਹਨਾਂ 'ਤੇ ਕਾਰਵਾਈ ਕੀਤੀ ਜਾਵੇ। ਆਹ ਜਿਹੜੀਆਂ ਗੋਲੀਆਂ ਆਪਾਂ ਸਰਕਾਰ ਨੇ ਲਾਈਆਂ ਹਨ ਹਸਪਤਾਲਾਂ ਦੇ ਵਿੱਚ, ਉਹਨਾਂ ਦੇ ਬਣਾ ਬਣਾ ਕੇ ਟੀਕੇ ਲਾਈ ਜਾਂਦੇ ਆ, ਉਹਨਾਂ ਨੂੰ ਬਣਾ ਬਣਾ ਕੇ ਪੀ ਜਾਂਦੇ ਆ, ਗੋਲੀਆਂ ਖਾਈ ਜਾਂਦੇ ਆ। ਸਾਰੇ ਪੰਜਾਬ ਦਾ ਜਿਹੜਾ ਵਾ ਬੜਾ ਵੱਡਾ ਨੁਕਸਾਨ ਹੋ ਰਿਹਾ ਹੈ, ਕਿਉਂਕਿ ਆਹ ਦਿਮਾਗ ਕੰਮ ਨਹੀਂ ਕਰਦਾ। ਉਹਨਾਂ ਨੂੰ ਆਪਣੇ ਧੀਆਂ ਪੁੱਤਾਂ ਦੇ ਵਾਸਤੇ ਕੋਈ ਵਾਸਤਾ ਨਹੀਂ, ਘਰ ਦੇ ਨਾਲ ਵਾਸਤਾ ਨਹੀਂ, ਜੋ ਵੀ ਉਹਨਾਂ ਦੀ ਚੀਜ਼ ਹੱਥ ਵਿੱਚ ਉਹਨੇ ਵੇਚ ਹੀ ਦੇਣੀ ਆ। ਇਹ ਸਰਕਾਰਾਂ ਨੇ ਬਹੁਤ ਵੱਡੀ ਢਿੱਲ ਦਿੱਤੀ ਆ। ਕਿਉਂ ਦਿੱਤੀ ਆ ਕਿ ਪਤਾ ਨਹੀਂ, ਸਰਕਾਰਾਂ ਦਾ ਇਹ ਖਿਆਲ ਆ ਕਿ ਪੰਜਾਬ ਦੀ ਧਰਤੀ 'ਤੇ ਨੌਜਵਾਨ ਜਿਹੜੀ ਪੀੜ੍ਹੀ ਆ ਉਹ ਗੈਰਤ ਵਾਲੀ ਆ, ਉਹ ਸਵਾਲ ਜਵਾਬ ਕਰਦੀ ਆ, ਅਤੇ ਉਹ ਸਾਨੂੰ ਪੁੱਛਦੀ ਆ ਅਤੇ ਇਹਨਾਂ ਨੂੰ ਗੋਲੀਆਂ ਦੇ ਕੇ ਮਾਰਿਆ ਜਾਵੇ, ਇਹਨਾਂ ਨੂੰ ਟੀਕੇ ਲਾ ਕੇ ਮਾਰਿਆ ਜਾਵੇ। ਪਹਿਲਾਂ ਜਿਹੜਾ ਦੌਰ ਸੀ ਉਹ ਅੱਤਵਾਦੀ ਖਾੜਗੂਵਾਦ ਦੇ ਵਿੱਚ ਨਾਸ਼ ਕੀਤਾ, ਅਤੇ ਦੂਰਾ ਜਿਹੜਾ ਦੌਰ ਸੀ ਉਹ ਸਾਰੇ ਬੱਚੇ ਪਰਦੇਸ ਚਲੇ ਗਏ, ਤੀਰਾ ਜਿਹੜੇ ਰਹਿੰਦੇ ਉਹ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਗੋਲੀਆਂ ਦੇ ਕੇ ਟੀਕੇ ਦੇ ਕੇ ਉਹਨਾਂ ਨੂੰ ਮਾਰੀ ਜਾਂਦੇ ਹਨ। ਪਿੰਡਾਂ ਦੇ ਵਿੱਚ ਇੰਨਾ ਵੱਡਾ ਇਹ ਧੰਦਾ ਚੱਲ ਰਿਹਾ ਹੈ, ਸਰਕਾਰਾਂ ਨੂੰ ਪਤਾ ਹੈ, ਪ੍ਰਸ਼ਾਸਨ ਨੂੰ ਪਤਾ ਹੈ ਕਿੱਡੇ ਵੱਡੇ ਪੱਧਰ 'ਤੇ ਇਹ ਪ੍ਰੋਗਰਾਮ ਚੱਲ ਰਿਹਾ ਹੈ, ਅਤੇ ਇਹਨਾਂ ਨੂੰ ਚੱਲਣ ਵਾਸਤੇ ਖੁੱਲ੍ਹੀ ਛੁੱਟੀ ਦਿੱਤੀ ਗਈ ਆ। ਕੋਈ ਵੀ ਮੁਲਾਜ਼ਮ ਇਹਨਾਂ ਨੂੰ ਹੱਥ ਨਹੀਂ ਪਾਉਂਦਾ, ਕੋਈ ਫੜਦਾ ਨਹੀਂ, ਕੋਈ ਇਹਨਾਂ ਨੂੰ ਇਹਨਾਂ ਦੇ ਘਰਾਂ ਵਿੱਚ ਛਾਪੇ ਨਹੀਂ ਮਾਰਦਾ। ਇਹਨਾਂ ਕੋਲ ਇੰਨਾ ਡਰਦੇ ਆ ਕਿ ਜੇ ਕਿਤੇ ਮਰ ਗਿਆ ਸਾਡੇ 'ਤੇ ਕਿਤੇ ਕਤਲ ਪੈ ਜਾਣਾ, ਸਾਨੂੰ ਪੈਸੇ ਦੇਣੇ ਪੈਣੇ ਆ, ਉਹ ਥਾਣਿਆਂ ਚੌਂਕੀਆਂ ਵਿੱਚ ਨਹੀਂ ਰੱਖਦੇ। ਇਹ ਜਿਹੜੇ ਆ ਲੋਕਾਂ 'ਤੇ ਭਾਰੂ ਬਣੇ ਪਏ ਆ ਕਿ ਜਿਹੜਾ ਵੀ ਉਹਨਾਂ ਦੇ ਦਾ ਆ ਗਿਆ, ਭਾਵੇਂ ਚੈਨੀ ਆ ਗਈ, ਭਾਵੇਂ ਪਰਸ ਆ ਗਿਆ, ਬਟੂਆ ਆ ਗਿਆ, ਉਹਨਾਂ ਨੇ ਖੋਹ ਕੇ ਚਾਹੇ ਬੰਦਾ ਮਰ ਜਾਵੇ ਚਾਹੇ ਰਹਿ ਜਾਵੇ, ਉਹਨਾਂ ਨੂੰ ਇਸ ਚੀਜ਼ ਨਾਲ ਕੋਈ ਵਾਸਤਾ ਨਹੀਂ। ਨੇਤਾ ਪ੍ਰਤੀ ਸੜਕਾਂ ਦੇ ਉੱਤੇ ਹਾਦਸੇ ਹੁੰਦੇ ਆ। ਮੇਰੀ ਆ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਆ ਕਿ ਇਹ ਵੱਡੇ ਪੱਧਰ 'ਤੇ ਜਿਹੜਾ ਤੁਸੀਂ ਸੰਘਰਸ਼ ਚਲਾਇਆ ਹੈ, ਇਹ ਸਾਰਿਆਂ ਪਿੰਡਾਂ ਦੇ ਵਿੱਚ ਪ੍ਰਸ਼ਾਸਨ ਨੂੰ ਪਤਾ ਵਾ, ਪੁਲਿਸ ਵਾਲਿਆਂ ਨੂੰ ਪਤਾ ਵਾ, ਪਿੰਡਾਂ ਵਾਲਿਆਂ ਨੂੰ ਪਤਾ ਵੀ ਕਿਹੜਾ ਕਿਹੜਾ ਧੰਦਾ ਕਰਦੇ ਹਨ, ਉਹ ਸਾਰੇ ਹੀ ਉਹਨਾਂ ਨੂੰ ਉਹਨਾਂ 'ਤੇ ਸਖਤੀ ਨਾਲ ਕੜੀ ਕਾਰਵਾਈ ਕੀਤੀ ਜਾਵੇ ਕਿ ਜਿਹੜਾ ਇਹ ਪੰਜਾਬ ਵੱਸ ਸਕੇ। ਹੋਈਆਂ ਭੁੱਲਾਂ ਦੀ ਮਾਫ਼ੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਦੇ ਵਿੱਚ ਜੀ ਹੈੱਡ ਗ੍ਰੰਥੀ ਆ ਉੱਥੇ ਦੇ ਗੁਰਵਿੰਦਰ ਸਿੰਘ ਜੀ, ਉਹਨਾਂ ਸਟੇਟਮੈਂਟ ਦਿੱਤੀ ਆ ਵੀ ਮਿਤੀ 5/8 ਨੂੰ ਦਰਮਿਆਨੀ ਰਾਤ ਨੂੰ 2 ਅਣਪਛਾਤੇ ਵਿਅਕਤੀ ਆਏ ਆ, ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਗੋਲਕ ਦੇ ਵਿੱਚੋਂ 22,000 ਰੁਪਈਆ ਅਤੇ ਇੱਕ ਗੁਰਦੁਆਰਾ ਸਾਹਿਬ ਦੀ LCD ਮਤਲਬ ਚੋਰੀ ਕਰ ਲਈ ਆ। ਉਹਦੇ ਵਿੱਚ ਕੇਸ ਰਜਿਸਟਰ ਕਰਤਾ ਜੀ ਅਸੀਂ, ਉੱਤੇ ਜਿਹੜੇ CCTV ਕੈਮਰੇ ਆ ਉਹ ਖੰਗਾਲੇ ਜਾ ਰਹੇ ਆ, ਜਲਦੀ ਤੋਂ ਜਲਦੀ ਇਹਨਾਂ ਨੂੰ ਜਿਹੜਾ ਅਣਪਛਾਤੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾਊਗਾ। ਨਹੀਂ ਜੀ, ਅਸੀਂ ਹੁਣ ਵੀ ਨਾਕਾ ਲਾਇਆ ਹੋਇਆ ਵਾ, ਅਸੀਂ ਨਾਕਾਬੰਦੀ ਕਰਕੇ ਇਹਨਾਂ ਨੂੰ ਰੱਖੀਦਾ ਕੰਟਰੋਲ ਪੂਰਾ, ਬਾਕੀ ਕ੍ਰਾਈਮ ਨੇ ਹੋਣਾ ਜੀ ਅਤੇ ਪੁਲਿਸ ਨੇ ਰੋਕਣਾ ਉਹਨੂੰ।